एवरीवन, मेरा नाम मलदीप कौर, मैं मलक तो हाँ और आज मैं गल करना चाहनी हाँ मेरे कजन ब्रदर बारे। एक्चुअली सानू काफ़ी सारे कंसल्टेंट्स नाल साडी गलबात हुई, बट उन्होंने सोचा सीगा कि मैं अब्रॉड जाना, बट सानू काफ़ी रिफ्यूजल्स का भी सामना करना पिया, फ्रॉड्स भी साढ़े हाथ आए, बट हौली हौली फिर जो काफ़ी सर्च तो बाद मैनू विन योर इंग्लिश ते सर लवप्रीत जी बारे पता लग्या, ਤਾਂ ਜਦੋਂ ਅਸੀਂ ਇਹਨਾਂ ਨਾਲ ਅਪਰੋਚ ਕੀਤਾ ਇੱਥੇ ਪਹੁੰਚੇ ਤਾਂ ਪਹਿਲੀ ਗੱਲ ਤਾਂ ਮਤਲਬ ਜਿਵੇਂ ਕਹਿੰਦੇ ਹੁੰਦੇ ਕਿ ਫਸਟ ਇੰਪਰੈਸ਼ਨ ਇਜ਼ ਲਾਸਟ ਇੰਪਰੈਸ਼ਨ, ਤਾਂ ਮੈਨੂੰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਥੋੜ੍ਹਾ ਜਿਹਾ ਟਰੱਸਟ ਬਣਿਆ ਕਿ ਅਸੀਂ ਸਹੀ ਜਗ੍ਹਾ 'ਤੇ ਬੈਠੇ ਹਾਂ। ਫਿਰ ਜਿਵੇਂ ਜਿਵੇਂ ਉਹਨਾਂ ਨੇ ਸਾਨੂੰ ਗਾਈਡੈਂਸ ਦਿੱਤੀ ਔਰ ਉਹਨਾਂ ਨੇ ਦੱਸਿਆ ਕਿ ਤੁਹਾਡੇ ਕੇਸਿਸ ਦੇ ਵਿੱਚ ਪ੍ਰੋਬਲਮ ਕੀ ਸੀ, ਐਕਚੁਅਲੀ ਮੇਰਾ ਬ੍ਰਦਰ ਐਲੀਜੀਬਲ ਹੀ ਨਹੀਂ ਸੀ ਕੈਨੇਡਾ ਵਾਸਤੇ, ਜਿਹੜੀ ਚੀਜ਼ ਸਾਨੂੰ ਕਿਸੇ ਨੇ ਦੱਸੀ ਹੀ ਨਹੀਂ ਸੀ। ਤਾਂ ਫਿਰ ਸਰ ਨੇ ਪ੍ਰੋਪਰਲੀ ਗਾਈਡ ਕੀਤਾ ਔਰ ਸਾਨੂੰ ਡੈਨਮਾਰਕ ਵਾਸਤੇ ਥੋੜ੍ਹਾ ਬੋਲੇ, ਬਟ ਉਹ ਹਲੇ ਉਸ ਚੀਜ਼ ਲਈ ਤਿਆਰ ਨਹੀਂ ਸੀ। ਫਰੈਂਕਲੀ ਸੇਇੰਗ ਕਿ ਜਿਵੇਂ ਹਰ ਇੱਕ ਨੂੰ ਹੁੰਦਾ ਕਿ ਮੈਂ ਕੈਨੇਡਾ ਹੀ ਜਾਣਾ, ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਸੀ ਕਿ ਮੈਂ ਕੈਨੇਡਾ ਹੀ ਜਾਣਾ। ਬਟ ਜਦੋਂ ਸਰ ਨੇ ਸਾਨੂੰ ਸਾਰੇ ਆਸਪੈਕਟਸ ਸਮਝਾਏ, ਕੁਝ ਪਲੱਸ ਪੁਆਇੰਟਸ ਸਾਹਮਣੇ ਰੱਖੇ, ਤਾਂ ਹੌਲੀ ਹੌਲੀ ਮਨ ਬਣਿਆ ਔਰ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਬ੍ਰਦਰ ਔਰ ਉਹਨਾਂ ਦੇ ਵਾਈਫ ਦੋਨੋਂ ਡੈਨਮਾਰਕ ਦੇ ਵਿੱਚ ਵੈਲ ਸੈਟਲਡ ਨੇ। ਔਰ ਮੈਂ ਹਰ ਇੱਕ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੀ ਐਲੀਜੀਬਿਲਿਟੀ ਨੂੰ ਦੇਖ ਕੇ ਔਰ ਵਧੀਆ ਇੱਕ ਗਾਈਡੈਂਸ ਨੂੰ ਪਹਿਚਾਣ ਕੇ ਆਪਣਾ ਕੇਸ ਫਾਈਲ ਕਰੋ। ਤਾਂ ਅੱਜ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਸਾਨੂੰ ਸਕਸੈਸ ਮਿਲੀ ਇਸ ਸਹੀ ਪਲੈਟਫਾਰਮ ਤੇ ਆ ਕੇ, ਤਾਂ ਹਰ ਕੋਈ ਇਸ ਤਰੀਕੇ ਨਾਲ ਇੱਕ ਪਰਸਨ ਨੂੰ ਫਾਈਂਡ ਕਰੋ। ਔਰ ਮੈਂ ਤਾਂ ਇਹੀ ਕਹੂੰਗੀ ਕਿ ਵਿਦ ਯੋਰ ਇੰਗਲਿਸ਼ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ, ਕਿਉਂਕਿ ਇਹਨਾਂ ਨੇ ਦਿੱਤੀ ਹੋਈ ਗਾਈਡੈਂਸ ਮੇਰੇ ਮੁਤਾਬਿਕ ਗਲਤ ਨਹੀਂ ਹੋ ਸਕਦੀ ਔਰ ਤੁਸੀਂ ਇਸ ਚੀਜ਼ ਲਈ ਖੁਦ ਜਦੋਂ ਸਾਹਮਣੇ ਬੈਠ ਕੇ ਗੱਲ ਕਰੋਗੇ ਤਾਂ ਤੁਹਾਨੂੰ ਫੀਲ ਹੋਏਗਾ, ਕਿਉਂਕਿ ਇੱਕ ਟਰੱਸਟਵਰਦੀ ਇੱਕ ਟ੍ਰਾਂਸਪੇਰੈਂਸੀ ਹੈ ਇੱਥੇ ਜੋ ਸਾਨੂੰ ਨਹੀਂ ਮਿਲਦੀ ਅੱਜ ਕੱਲ੍ਹ ਇਸ ਫੀਲਡ ਦੇ ਵਿੱਚ। ਥੈਂਕ ਯੂ ਸੋ ਮਚ।